ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਮੈਂ ਦਿਨੇਸ਼ਾ ਬੜਾ ਪੰਜਾਬ ਪ੍ਰਦਾਨ ਸ਼ਕਤੀ ਦੁਰਗਾ ਦਲ ਵੱਲੋਂ ਦੀਵਾਲੀ ਦੇ ਤਿਉਹਾਰ ਦੇ ਉੱਤੇ ਸਾਰੇ ਹੀ ਭਾਰਤ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਗੁਰਦਾਸਪੁਰ ਵਾਸੀਆਂ ਨੂੰ ਆਪਣੇ ਵੱਲੋਂ ਦੀਵਾਲੀ ਦੇ ਤਿਉਹਾਰ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਇਹਦੇ ਨਾਲ ਨਾਲ ਇੱਕ ਅਸੀਂ ਦੀਵਾਲੀ ਦੇ ਤਿਉਹਾਰ ਦੇ ਉੱਤੇ ਸਾਰੇ ਸ਼ਹਿਰ ਵਾਸੀਆਂ ਨੂੰ ਸੰਦੇਸ਼ ਦਿੰਦੇ ਹਾਂ ਕਿ ਜਿਹੜਾ ਦੀਵਾਲੀ ਦਾ ਤਿਉਹਾਰ ਹੈ ਇਨੂੰ ਅਸੀਂ ਪ੍ਰਦੂਸ਼ਣ ਜਿਹੜਾ ਜਿਸ ਤਰ੍ਹਾਂ ਕਿ ਪਟਾਕਿਆ ਆਪਾਂ ਚਲਾਉਂਦੇ ਆ ਉਹਦੇ ਨਾਲ ਪ੍ਰਦੂਸ਼ਣ ਬਹੁਤ ਜ਼ਿਆਦਾ ਫੈਲਦਾ ਔਰ ਅਸੀਂ ਜਿਹੜਾ ਵਾ ਦੀਪਮਾਲਾ ਕਰਕੇ ਹੀ ਆਪਣੇ ਘਰਾਂ ਤੇ ਦੀਵਾਲੀ ਮਨਾਈਏ ਕਿਉਂਕਿ ਜਦੋਂ ਸ਼੍ਰੀ ਰਾਮਚੰਦਰ ਜੀ 14 ਮਾਰਸ਼ ਦਾ ਬਰਵਾਸ ਕੱਟ ਕੇ ਅਯੋਧਿਆ ਵਾਪਿਸ ਆਏ ਸੀਗੇ ਤਾਂ ਉਸ ਵੇਲੇ ਵੀ ਅਯੋਧਿਆ ਵਾਸੀਆਂ ਨੇ ਜਿਹੜੀ ਦੀਵਾਲੀ ਆ ਉਹ ਘਿਓ ਦੇ ਦੀਵੇ ਬਾਲ ਕੇ ਮਨਾਈ ਸੀਗੀ ਔਰ ਅੱਜਕੱਲ ਜਿਸ ਤਰ੍ਹਾਂ ਅਸੀਂ ਪੈਸੇ ਖਰੀਦ ਕੇ ਆਪਣੀ ਜੇਬ ਦੇ ਵਿੱਚੋਂ ਪਟਾਕੇ ਲੈ ਕੇ ਆਨੇ ਆ ਔਰ ਜੇ ਦੇਖਿਆ ਜਾਏ ਤੇ ਜਿਸ ਤਰ੍ਹਾਂ ਪੋਲਿਊਸ਼ਨ ਬਹੁਤ ਜ਼ਹਿਰੀਲਾ ਹੋ ਰਿਹਾ ਔਰ ਅਸੀਂ ਖੁਦ ਹੀ ਉਹਦੇ ਜ਼ਿੰਮੇਵਾਰ ਆ ਕਿਉਂਕਿ ਅਸੀਂ ਆਪਣੀ ਜੇਬ ਚੋਂ ਪੈਸਾ ਖਰਚ ਕੇ ਉਸ ਹਵਾ ਨੂੰ ਜ਼ਹਿਰੀਲੀ ਕਰ ਰਹੇ ਆ ਔਰ ਜਿਹਦੇ ਨਾਲ ਕਈ ਬਿਮਾਰੀਆਂ ਜਿਹੜੀਆਂ ਸਾਨੂੰ ਲੱਗ ਜਾਂਦੀਆਂ ਨੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਇਸ ਕਰਕੇ ਅਸੀਂ ਇਸ ਇਤਿਹਾਰ ਦੇ ਉੱਤੇ ਪਰਨ ਲਈਏ ਕਿ ਜਿਹੜੀ ਦੀਵਾਲੀ ਆ ਉਹ ਅਸੀਂ ਇਸ ਵਾਰ ਦੀਪਮਾਲਾ ਕਰਕੇ ਔਰ ਜਿਹੜੇ ਦੀਵੇ ਚਲਾ ਕੇ ਉਸ ਤਰ੍ਹਾਂ ਮਰਾਈਏ ਕਿਉਂਕਿ ਹਵਾ ਦੇ ਵਿੱਚ ਜਿਹੜਾ ਪੋਲਿਊਸ਼ਨ ਆ ਉਹਨੂੰ ਅਸੀਂ ਬਿਹਤਰ ਕਰੀਏ ਕਿਉਂਕਿ ਜਿਸ ਤਰ੍ਹਾਂ ਅਸੀਂ ਜਿੰਨੇ ਪੈਸੇ ਖਰਚਦੇ ਆ ਉਹ ਖੁਦ ਹੀ ਅਸੀਂ ਜਿਹੜੀ ਆ ਜ਼ਰੀਲੀ ਹਵਾ ਫਿਲਾਂ ਦੇ ਜ਼ਿੰਮੇਵਾਰ ਆ ਔਰ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਵਾਂ ਕਿ ਜਿਹੜੀ ਦੀਵਾਲੀ ਦਾ ਤਿਉਹਾਰ ਆ ਉਹ ਇਸ ਵਾਰੀ ਦੀਪਮਾਲ ਕਰਕੇ ਜਲਾਇਆ ਜਾਏ ਔਰ ਪਟਾਕਿਆਂ ਨੂੰ ਅਵਾਇਡ ਕੀਤਾ ਜਾਏ ਇੱਕ ਤੇ ਸਾਨੂੰ ਇਹ ਬਿਮਾਰੀ ਫਿਲਾਂਦੇ ਨੇ ਔਰ ਦੂਸਰਾ ਜੇ ਸੀ ਬਿਮਾਰ ਹੋਵਾਂਗੇ ਫਿਰ ਉਸ ਤੋਂ ਬਾਅਦ ਅਸੀਂ ਡਾਕਟਰਾਂ ਕੋਲ ਜਿਹੜੇ ਪੈਸੇ ਲੱਗਦੇ ਆ ਔਰ ਉਹਦੇ ਵਿੱਚ ਕਾਫੀ ਜ਼ਰਾ ਪ੍ਰੋਬਲਮਸ ਆਦੀਆਂ ਨੇ ਸਾਡੀ ਬੋਡੀ ਨੂੰ ਵੀ ਮੈਂ ਸ਼ਕਤੀ ਦੁਰਗਾ ਦਲ ਵੱਲੋਂ ਇਹੋ ਹੀ ਸੰਦੇਸ਼ ਦੇਣਾ ਟੀ ਦੀਵਾਲੀ ਦਾ ਤਿਉਹਾਰ ਆ ਜਿਹੜਾ ਬਿਲਕੁਲ ਜਿਹੜਾ ਪ੍ਰਦੂਸ਼ਣ ਰਹਿਤ ਮਨਾਇਆ ਜਾਏ ਔਰ ਮੇਰੇ ਵੱਲੋਂ ਔਰ ਮੇਰੇ ਸ਼ਕਤੀ ਦੁਰਗਾ ਦਲ ਪੰਜਾਬ ਵੱਲੋਂ ਇੱਕ ਵਾਰੀ ਫੇਰ ਸਾਰਿਆਂ ਨੂੰ ਦੀਵਾਲੀ ਦੇ ਤਿਉਹਾਰ ਦੀ ਬਹੁਤ ਬਹੁਤ ਮੁਬਾਰਕਾਂ ਜੈ ਹਿੰਦ ਜੈ ਭਾਰਤ